मैंने भी जी ड्रामा फैसला मार एक नवा चैनल बनाया है, और उसके बाद से मेरे सारे दोस्त मेरे आर्टिस्ट भाग मेरे नाल ने, और ऐसे चैनल सब्सक्राइब करना, लाइक करना, शेयर करना। तो साढ़े तो कुछ नहीं करने हैं कि साढ़ा जी गुलफाम साहब जेडे के अक्सर टीवी से और सी डी के जरिए और नैट के जरिए जितू के ना प्रोग्राम करते हैं, देखते रहने। तो मैं मेरी खुशकिसी भी है कि मेरे नाल अज खड़े ने मेरे चैनल वास्ते आए ने, और खुशी तौर पर अच्छ सा ड्रामा शुरू हो गया जिसका नाम है जश्ने बहार। तो बहार का मौसम है, पतंगबाजी का मौसम है, तो मौसम चेंज हो रहे उस मुनासिब ने ड्रामा रखे जश्ने बहार। तो जश्ने बहार की आमद च गुलफाम साहब, तसलीम अबास साहब, राशिद कमाल साहब और सोबिया मिनरवा थिएटर की ड्रामा चल रहा है, साढ़ा अच्छ तो शुरू हो रहा है, थोड़ी देर तक चल शुरू हो जाएगा ड्रामा। ਜੀਸ਼ਾਨ ਸਾਹਿਬ ਸਾਡੇ ਬੜੇ ਪੁਰਾਣੇ ਸਾਡੇ ਸੀਨੀਅਰ ਸਾਡੇ ਉਸਤਾਦਾਂ ਚ ਨੇ, ਇਹਨਾਂ ਨੇ ਇੱਕ ਬੜਾ ਅੱਛਾ ਚੈਨਲ ਬਣਾਇਆ ਜੀ ਥੀਏਟਰ ਜੀ ਫੈਸਲਾਬਾਦ ਜੀ ਡਰਾਮਾ ਫੈਸਲਾਬਾਦ ਜੀ ਡਰਾਮਾ ਫੈਸਲਾਬਾਦ ਲਓ ਜੀ ਇਹ ਹੀ ਨਾਂ ਹੋਣਾ ਚਾਹੀਦਾ ਸੀ ਕਿਉਂਕਿ ਡਰਾਮਾ ਪੂਰੀ ਦੁਨੀਆਂ ਚ ਫੈਸਲਾਬਾਦ ਤੋਂ ਇਜਾਦ ਹੋਇਆ ਔਰ ਇੱਥੋਂ ਹੀ ਚੰਗਾ ਡਰਾਮਾ ਹੁੰਦਾ ਹੈ। ਉਹਦੇ ਵਿੱਚ ਫੈਸਲਾਬਾਦ ਦੇ ਫਨਕਾਰ ਜਿਹੜੇ ਨੇ ਉਹ ਅਸਲਾਂ ਤੋਂ ਤੁਹਾਡੇ ਸਾਹਮਣੇ ਹੀ ਤੁਹਾਨੂੰ ਇਹ ਤੁਹਾਡਾ ਦਿਲ ਖੱਟਾ ਕਰਦੇ ਰਹਿੰਦੇ ਨੇ। ਤਸਲੀਮ ਬਾਦ ਸਾਹਿਬ ਜੀ, ਇਹਨਾਂ ਤੋਂ ਬਗੈਰ ਤੁਹਾਡਾ ਗੁਜ਼ਾਰਾ ਵੀ ਨਹੀਂ ਹੁੰਦਾ ਕਿਉਂਕਿ ਇਹਦਾ ਮੂੰਹ ਹੀ ਐਸਾ ਵੇਖੋ ਨਾ ਤੋਬਾ। ਬਸ ਆਪਣਾ ਰਿਸ਼ਕਾ ਲੈ ਕੇ ਫਿਰਦੇ ਰਹੇ। ਦੇਖੋ ਸੋਬੀਆ ਜੀ, ਸਾਡੀ ਸਟੇਜ ਦੀ ਬੜੀ ਜਿਹੜੀ ਕਿ ਟੋਲੀ ਟੋਲ ਜਿਹੜੀ ਸਮਝੋ ਜੋ ਮਰਜ਼ੀ ਸਮਝ ਲਓ ਉਹ ਹੀ ਹੈ ਰਾਸ਼ਦ ਕਮਾਲ ਫੈਸਲਾਬਾਦ ਦਾ। ਜਿਸ ਤਰ੍ਹਾਂ ਤਸਲੀਮ ਬਾਸ ਨੇ ਫੈਸਲਾਬਾਦ ਨੂੰ ਬਹੁਤ ਹਸਾਇਆ ਹੈ, ਉਸੇ ਤਰ੍ਹਾਂ ਰਾਸ਼ਦ ਕਮਾਲ ਨੇ ਵੀ ਫੈਸਲਾਬਾਦ ਨੂੰ ਬਹੁਤ ਹਸਾਇਆ ਹੈ। ਮੇਰਾ ਸ਼ਹਿਰ ਜਿਹੜਾ ਮੈਂ ਵੀ ਫੈਸਲਾਬਾਦ ਨਹੀਂ ਹਾਂ ਕਿਉਂਕਿ ਜ਼ਿਲ੍ਹਾ ਮੈਨੂੰ ਫੈਸਲਾਬਾਦ ਹੀ ਲੱਗਦਾ। ਤੁਸੀਂ ਫੈਸਲਾਬਾਦ 'ਚ ਗੁਲਫਾਮ ਸਾਹਿਬ ਇੱਕ ਜਗ੍ਹਾ ਬਣਾ ਚੁੱਕੇ ਹੋ, ਇੱਕ ਜਗ੍ਹਾ ਬਣਾ ਚੁੱਕੇ ਹੋ, ਉਹਦੀ ਵਜ੍ਹਾ ਨਾਲ ਫਿਰ ਆਉਣ ਵਾਲੇ ਫਨਕਾਰਾਂ ਨੂੰ ਬੜੇ ਉਹਨਾਂ ਨੂੰ ਪਲੇਸਮੈਂਟ ਦੀ ਨਹੀਂ। ਅਸੀਂ ਨਿਸ਼ਾਦ ਸਰ ਮੈਂ ਇੱਥੇ ਹੁੰਦਾ ਹੁੰਦਾ ਸੀ, ਉਹਦੇ ਵਿੱਚ ਜੀ ਮੈਂ ਹੁੰਦਾ ਸਾਂ ਅੱਲਾ ਜੰਨਤ ਵਿੱਚ ਆਲਾ ਮੁਕਾਮ ਦੇਵੇ, ਕਪੂਰ ਕੋਡੂ ਸਾਹਿਬ ਉਹ ਹੁੰਦੇ ਸਨ, ਤਸਲੀਮ ਅਬਾਸ ਸਾਹਿਬ ਹੁੰਦੇ ਸਨ, ਅਜ਼ੀਮ ਵਿੱਕੀ ਸਾਹਿਬ ਹੁੰਦੇ ਸਨ, ਤੇ ਇੰਨਾ ਮਜ਼ਾ ਹੁੰਦਾ ਹੁੰਦਾ ਸੀ। ਫੈਸਲਾਬਾਦ ਦੀ ਆਵਾਮ ਯਕੀਨ ਕਰੋ ਬਕਾਇਦਾ ਸਾਨੂੰ ਆਗੜ ਦੇਖਦੀ ਹੁੰਦੀ ਸੀ ਕਿਉਂਕਿ ਅਸੀਂ ਉਹਨਾਂ ਦੇ ਦਿਲ ਦੀਆਂ ਗੱਲਾਂ ਕਰਦੇ ਸਾਂ, ਉਹਨਾਂ ਨੂੰ ਹਸਾਉਂਦੇ ਹੁੰਦੇ ਸਾਂ। ਤੇ ਉਹ ਥੀਏਟਰ ਖਤਮ ਹੋ ਗਿਆ, ਲੇਕਿਨ ਮਾਸ਼ਾਅੱਲਾ ਫਨਕਾਰ ਹਲੇ ਵੀ ਹੈ ਨੇ। ਅੱਲਾ ਪਾਕ ਇਹਨਾਂ ਨੂੰ 1000 ਸਾਲ ਉਮਰ ਦੇਵੇ, 2000 ਸਾਲ ਉਮਰ ਦੇਵੇ, ਇਕੱਲੇ ਨਹੀਂ ਰੋਲ ਰੋਲ ਕੇ ਨਹੀਂ ਮਰਦੇ। ਹੁਣ ਤੇ ਮਾਸ਼ਾਅੱਲਾ ਨੈੱਟ ਆ ਗਿਆ, ਠੀਕ ਹੈ, ਚੈਨਲ ਆ ਗਏ ਨੇ ਬੜੇ ਬੜੇ। ਤਸਲੀਮ ਬਾਦ ਸਾਹਿਬ ਕੁਛ ਤੁਸੀਂ ਕਾਲ ਕਰੋ ਜੀ। ਸਭ ਤੋਂ ਪਹਿਲਾਂ ਜੀ ਤਸਲੀਮ ਅਬਾਸ ਤੁਹਾਡੀ ਖਿਦਮਤ 'ਚ ਸਲਾਮ ਅਰਜ਼ ਕਰਦਾ। ਅੱਜ ਸਾਡੀ ਇਹ ਖੁਸ਼ਖਬਰੀ ਹੈ ਕਿ ਵੀ ਸਾਡੇ ਨਾਲ ਗੁਲਫਾਮ ਸਾਹਿਬ ਖੁਸ਼ ਕਰ ਰਹੇ ਜੀ ਉਹਨਾਂ ਲਈ, ਔਰ ਮੇਰੇ ਲਗੋਟੀਏ ਯਾਰ ਵੀ ਨੇ, ਔਰ ਇਹ ਮਜ਼ੇਦਾਰ ਕੰਮ ਹੋਏਗਾ ਜਿਹੜੇ ਦੋਸਤ ਸਾਨੂੰ ਦੇ ਰਹੇ ਨੇ। ਅੱਛਾ ਜੀ, ਜੀ ਗੁਲਫਾਮ ਸਾਹਿਬ ਕੀ ਕਰ ਰਹੇ ਹੋ, ਤਸਲੀਮ ਸਾਹਿਬ ਦੇ ਕੰਮੇ ਬਣੇ ਹੋ? ਜੀ ਜੀ, ਇਹ ਮੈਨੂੰ ਪਹਿਲੇ ਦੇ ਡਾਇਰੈਕਟਰ ਨੂੰ, ਮੈਂ ਉਹਨਾਂ ਦੇ ਮੇਰੇ ਵੱਡੇ ਨੇ, ਮੈਂ ਉਹਨਾਂ ਨੂੰ ਕੀ ਕਹਾਂ, ਪਹਿਲੇ ਤੈਨੂੰ ਚੌਧਰੀ ਬਣਾ ਦਿੱਤਾ, ਠੀਕ ਹੈ। ਲੇਕਿਨ ਇਹ ਨਹੀਂ ਦੱਸਿਆ ਕਿ ਜ਼ਮੀਨਦਾਰ ਜ਼ਮੀਨਾਂ ਵਾਲਾ ਚੌਧਰੀ ਹੈ ਜਾਂ ਗਟਰਾਂ ਵਾਲਾ ਚੌਧਰੀ ਹੈ, ਇਹ ਮੈਨੂੰ ਨਹੀਂ ਪਤਾ। ਜਜ਼ਬਾਤੀ ਨਾ ਹੋਵੋ ਜਿਹੜੀ ਗੱਲ ਚੌਧਰੀ ਬਣਾ ਦਿੱਤਾ ਤੁਹਾਨੂੰ, ਤੁਸੀਂ ਚੌਧਰੀ ਲੱਗਦੇ ਹੋ। ਗੁਲਫਾਮ ਸਾਹਿਬ ਮੇਰੇ ਨਾਲ ਨੇ, ਅੱਜ ਬਿਹਤਰੀਨ ਰੋਲ ਹੋਏਗਾ, ਇਨਸ਼ਾਅੱਲਾ ਕੋਸ਼ਿਸ਼ ਕਰਾਂਗੇ ਤੁਹਾਡੇ ਤੱਕ ਬਿਹਤਰੀਨ ਰੋਲ ਪਹੁੰਚੇ। ਲੇਕਿਨ ਆਪਣੇ ਦੋਸਤਾਂ ਨੂੰ ਜ਼ਰੂਰ ਦੱਸਣਾ ਕਿ ਗੁਲਫਾਮ ਸਾਹਿਬ ਰਾਸ਼ ਬੜਾ ਬੜਾ ਅੱਛਾ ਸਾਡਾ ਡਰਾਮਾ ਹੈ ਫੈਸਲਾਬਾਦ ਮਨਰਵਾ ਸਰਕਤ ਦੇ ਵਿੱਚ, ਜਿਸ ਨੂੰ ਬਹਾਰਾਂ ਦੇ ਨਾਮ ਤੋਂ ਸ਼ੁਰੂ ਹੋ ਰਿਹਾ ਹੈ। ਤੇ ਪਲੀਜ਼ ਆਪ ਵੀ ਆਓ ਤੇ ਆਪਣੇ ਦੋਸਤਾਂ ਨੂੰ ਵੀ ਲੈ ਕੇ ਆਓ, ਬੜਾ ਅੱਛਾ ਰੋਲ ਪਾਰਟ ਇੱਥੇ ਤੁਸੀਂ ਕੀ ਕਰ ਰਹੇ ਹੋ, ਪਬਲਿਕ ਨੂੰ ਕੋਈ ਨਵੀਂ ਚੀਜ਼ ਦੇਖਣ ਵਾਸਤੇ ਮਿਲੇਗੀ? ਦੇਖੋ ਸਾਡੀ ਹਰ ਵਾਰੀ ਕੋਸ਼ਿਸ਼ ਇਹੀ ਹੁੰਦੀ ਹੈ ਕਿਉਂਕਿ ਹਰ ਵੀਕ ਬਾਅਦ ਨਵਾਂ ਡਰਾਮਾ ਵੀਡੀਓ ਤੇ ਆਉਣਾ ਹੁੰਦਾ, ਇਸ ਕਰਕੇ ਕੋਸ਼ਿਸ਼ ਕਰੀਦੀ ਹੈ ਕਿ ਯਾਰ ਪਿਛਲੇ ਡਰਾਮੇ ਦੇ ਨਾਲ ਅਗਲਾ ਕੰਮ ਨਾ ਰਲੇ, ਤੇ ਉਹਦੇ ਹਿਸਾਬ ਨਾਲ ਅਸੀਂ ਕੋਸ਼ਿਸ਼ ਕਰੀਦੀ ਕਿ ਨਵੀਂ ਅੱਛੇ ਤੋਂ ਅੱਛਾ ਕਰ ਸਕੀਏ। ਔਰ ਇਸ ਵਾਰੀ ਤਾਂ ਸਾਨੂੰ ਜ਼ਰਾ ਥੋੜਾ ਜਿਹਾ ਵੈਸੇ ਹੌਸਲਾ ਮਿਲ ਜਾਂਦਾ ਜਦੋਂ ਕੋਈ ਲੋਕ ਸਰਕਾਰ ਆਉਂਦੀ ਹੈ। ਇੱਕ ਗੱਲ ਮੈਂ ਹੋਰ ਦੱਸਦੇ ਆਂ ਜੀ ਕਿ ਗੱਲ ਕੋਈ ਪੁਰਾਣੀ ਨਹੀਂ ਹੁੰਦੀ, ਬੰਦਾ ਪੁਰਾਣਾ ਹੁੰਦਾ ਕਿਉਂਕਿ ਉਹਨੇ ਪਹਿਲੇ ਸੁਣੀ ਹੁੰਦੀ ਤੇ ਜਿਹਨੇ ਨਹੀਂ ਸੁਣੀ ਹੁੰਦੀ ਉਹਦੇ ਵਾਸਤੇ ਨਵੀਂ ਹੁੰਦੀ ਹੈ। ਲੇਕਿਨ ਇਹ ਕਿ ਖੂਨ ਵਧਾਉਣ ਵਾਸਤੇ, ਆਪਣੀ ਸਿਹਤ ਨੂੰ ਆਪਣਾ ਤੰਦਰੁਸਤੀ ਲੈਣ ਵਾਸਤੇ ਹੱਸਣਾ ਬਹੁਤ ਜ਼ਰੂਰੀ ਹੁੰਦਾ ਹੈ, ਤੇ ਉਹ ਸਿਰਫ ਔਰ ਸਿਰਫ ਪਾਕਿਸਤਾਨ ਦਾ ਥੀਏਟਰ ਹੈ, ਸਟੇਜ ਹੈ ਜਿਹੜਾ ਆਵਾਮ ਨੂੰ ਹਸਾ ਸਕਦਾ ਹੈ। ਲੂਰੀ ਬਸ ਤੁਰਾ ਨਵਾਂ ਚੈਨਲ ਬਣਿਆ, ਇਹਨੂੰ ਸਬਸਕ੍ਰਾਈਬ ਕਰੋ ਔਰ ਬੈਲ ਆਈਕਨ ਦਬਾਓ ਜੀ ਜੀ, ਲਾਈਕ ਕਰੋ ਔਰ ਲਾਈਕ ਵੀ ਕਰੋ। ਅੱਛਾ, ਖੁਸ਼ੀ ਦੀ ਬਾਤ ਇਹ ਮੇਰੀ ਜਿੱਦੀ ਤੋਂ ਇਨਫੋਰਮੇਸ਼ਨ ਹੈ ਕਿ ਸਾਡੇ ਪੰਜਾਬੀ ਸਟੇਜ ਪਲੇ ਔਰ ਸਾਡੇ ਜਿਹੜੇ ਪੰਜਾਬੀ ਪ੍ਰੋਗਰਾਮ ਨੇ ਇੰਡੀਆ ਪੰਜਾਬ ਦੇ ਵੀ ਦੇਖੇ ਜਾਂਦੇ ਨੇ, ਸਿੱਖ ਭਰਾ ਸਾਡੇ ਬਹੁਤ ਸਾਰੇ ਦੇਖਦੇ ਨੇ, ਲਾਈਕ ਕਰਦੇ ਨੇ, ਦੀਵਾਨੇ ਨੇ ਜੀ। ਹੁਣ ਜਿਹੜੀ ਫਿਲਮ ਬਣੀ ਹੈ ਲੋਕ, ਮੈਂ ਇਹ ਸਮਝਣਾ ਵਾ ਕਿ ਮਤਲਬ ਫਿਲਮ ਤੇ ਹਿੱਟ ਹੋਏਗੀ, ਉਹਨਾਂ ਦਾ ਕੰਮ ਹੀ ਸੁਪਰ ਸਟਾਰਾਂ ਨੇ ਬੜਾ ਚੰਗਾ ਕੀਤਾ ਹੋਇਆ। ਲੇਕਿਨ ਉਹਦੇ ਵਿੱਚ ਜਿਹੜਾ ਮੇਨ ਪਹਿਲੀ ਵਜ੍ਹਾ ਉਹ ਇਹ ਹੋਈ ਹੈ ਕਿ
ਪਾਕਿਸਤਾਨ ਦੇ ਫਨਕਾਰ ਤੇ ਉਹਨਾਂ ਦੇ ਆਪਣੇ ਫਨਕਾਰ ਇੱਕ ਫੈਮਿਲੀ ਜਿਹਾ ਜਦੋਂ ਜਿਹੜਾ ਰੰਗ ਉਹਨਾਂ ਨੇ ਇਕੱਠਿਆਂ ਕੀਤਾ ਨਾ ਜੀ ਉਹਨੂੰ ਆਵਾਮ ਨੇ ਜ਼ਿਆਦਾ ਸਾਡੇ ਸਰਦਾਰ ਭਰਾਵਾਂ ਨੇ ਜ਼ਿਆਦਾ ਪਸੰਦ ਕੀਤਾ ਜਿੰਨਾ ਉਹਨਾਂ ਨੇ ਪਸੰਦ ਕੀਤਾ ਉਹਨਾਂ ਹੀ ਪਾਕਿਸਤਾਨ ਦੇ ਜੀ ਜੀ ਮਾਸ਼ਾਅੱਲਾ ਇੰਡੀਆ ਵਾਲੇ ਫਿਲਮਾਂ ਬਹੁਤ ਜ਼ਿਆਦਾ ਬਣਾ ਰਹੇ ਨੇ ਮਾਸ਼ਾਅੱਲਾ ਉਹਦੇ ਵਿੱਚ ਥੀਏਟਰ ਦੇ ਕਾਫੀ ਫਨਕਾਰ ਬਿਜ਼ੀ ਹੋ ਚੁੱਕੇ ਨੇ ਉਹਨਾਂ 'ਚ ਮੈਂ ਵੀ ਹਾਂ ਜੀ ਇਨਸ਼ਾਅੱਲਾ ਤਾਲਾ ਅੱਲਾ ਦੀ ਰਹਿਮਤ ਨਾਲ ਸਾਡਾ ਮੀਡੀਆ ਥੀਏਟਰ ਦਾ ਬਹੁਤ ਤਰੱਕੀ ਕਰਨ ਲੱਗਾ ਤੇ ਤੁਹਾਡੀਆਂ ਦੁਆਵਾਂ ਨੇ ਸਿਰਫ ਤੁਸੀਂ ਪਸੰਦ ਕੀਤਾ ਆਰਟਿਸਟਾਂ ਨੂੰ ਤੁਸੀਂ ਆਪਣੇ ਆਰਟਿਸਟਾਂ ਦਾ ਹੌਸਲਾ ਵਧਾਇਆ ਕਿ ਅੱਜ ਮਾਸ਼ਾਅੱਲਾ ਉਹ ਇੰਟਰਨੈਸ਼ਨਲ ਫਨਕਾਰ ਹੋ ਗਏ ਮਤਲਬ ਅਸੀਂ ਵੀ ਇਨਸ਼ਾਅੱਲਾ ਦੀ ਗੱਲ ਅੱਲਾ ਦੀ ਮਰਜ਼ੀ ਇਹ ਵੀ ਜਾਨ ਇੰਡੀਆ ਰਾਸ਼ਦ ਸਾਹਿਬ ਚੈਨਲ ਦੇ ਥਰੂ ਇਹਨਾਂ ਦੇ ਇੰਡੀਆ ਦੇ ਪ੍ਰੋਗਰਾਮ ਦੇਖੇ ਜਾਂਦੇ ਨੇ ਚੈਨਲ ਸਬਸਕ੍ਰਾਈਬ ਹੈ ਤੇ ਇਹ ਵੀ ਉੱਥੇ ਦੇਖੇ ਜਾਂਦੇ ਤੇ ਮੇਰੇ ਸਾਰੇ ਵਿਸ਼ੇ ਕਿ ਇੰਡੀਅਨ ਫਿਲਮਾਂ ਕਰਨ ਬਲਕਿ ਪਾਕਿਸਤਾਨੀ ਫਿਲਮਾਂ ਐਸੀਆਂ ਹੋ ਜਾਣ ਕਿ ਇੰਡੀਆ ਦਾ ਮੁਕਾਬਲਾ ਕਰ ਸਕਣ ਤੁਸੀਂ ਦੇਖੋ ਨਾ ਬੜੀਆਂ ਹਿਸਟੋਰੀਕਲ ਜੀਆਂ ਬੜੀਆਂ ਤੰਜ਼ੀਮ ਰਾਣਾ ਭਰਪੂਰ ਛੋਟੀ ਛੋਟੀ ਸਿਚੁਏਸ਼ਨ ਦੇ ਨਾਲ ਉਹ ਫਿਲਮ ਬਣਾਉਂਦੇ ਨੇ ਤੇ ਫੈਮਿਲੀ 'ਚ ਬੈਠ ਕੇ ਦੇਖੀ ਜਾਂਦੀ ਤੇ ਮੈਂ ਆਪਣੀ ਇੰਤਜ਼ਾਮੀਆ ਅੱਗੇ ਵੀ ਗੁਜ਼ਾਰਿਸ਼ ਕਰਨਾ ਚਾਹੁੰਦਾ ਕਿ ਦੇਖੋ ਸਾਡੇ ਪਾਕਿਸਤਾਨ ਦੇ ਫਨਕਾਰ ਹੈ ਉੱਥੇ ਇੰਡੀਆ ਫਿਲਮ ਕਰਕੇ ਆਏ ਨੇ ਇੰਡੀਆ ਪੰਜਾਬ 'ਚ ਕਰਕੇ ਆਏ ਨੇ ਮੇਰੀ ਗੱਲ ਤੁਸੀਂ ਸਮਝ ਜਾਓ ਮੈਂ ਜ਼ਿਆਦਾ ਖੋਲ ਕੇ ਨਹੀਂ ਕਰਨਾ ਚਾਹੁੰਦਾ ਇੰਡੀਆ ਪੰਜਾਬ 'ਚ ਕਰਕੇ ਆਏ ਨੇ ਤੇ ਅਗਰ ਅਸੀਂ ਸਾਡੇ ਸਰਦਾਰ ਭਰਾ ਨੇ ਤੇ ਫਿਰ ਉਹ ਫਿਲਮ ਪਾਕਿਸਤਾਨ 'ਚ ਵੀ ਲੱਗਣੀ ਚਾਹੀਦੀ ਸੀ ਕਿਉਂਕਿ ਨਹੀਂ ਲੱਗੀ ਸਾਨੂੰ ਬੜਾ ਦੁੱਖ ਹੋਇਆ ਭਾਵੇਂ ਅਸੀਂ ਉਸ ਫਿਲਮ 'ਚ ਨਹੀਂ ਸੀ ਸਾਨੂੰ ਇੰਤਹਾਈ ਤਕਲੀਫ ਹੋਈ ਹੈ ਕਿਉਂਕਿ ਉਹ ਫਿਲਮ ਪਾਕਿਸਤਾਨ 'ਚ ਲੱਗਣੀ ਚਾਹੀਦੀ ਸੀ ਤੇ ਇੰਤਜ਼ਾਮੀਆ ਕੇ ਮੇਰੀ ਗੁਜ਼ਾਰਿਸ਼ ਹੈ ਕਿ ਨੈਕਸਟ ਫਿਲਮ ਵੀ ਉਹਨਾਂ ਦੀ ਆ ਰਹੀ ਹੈ ਹੋਰ ਫਿਲਮਾਂ ਵੀ ਆ ਰਹੀਆਂ ਨੇ ਪਾਕਿਸਤਾਨ 'ਚ ਵੀ ਲੱਗਣੀ ਚਾਹੀਦੀ ਕਿਉਂਕਿ ਅਸੀਂ ਸਰਦਾਰਾਂ ਨਾਲ ਬਹੁਤ ਪਿਆਰ ਕਰਦੇ ਹਾਂ ਉਹ ਸਾਡੇ ਭਰਾ ਨੇ ਸੱਕੇ ਭਰਾ ਅਸੀਂ ਉਹਨਾਂ ਨੂੰ ਸਮਝਦੇ ਹਾਂ ਅਗਰ ਉਸ ਫਿਲਮ 'ਚ ਉਹ ਨੇ ਤੇ ਸਾਡੇ ਪੰਜਾਬ ਦੇ ਲੋਕਾਂ ਨੂੰ ਵੀ ਉਹਨਾਂ ਦਾ ਫਨ ਵੇਖ ਕੇ ਸਾਡੇ ਜਿਹੜੇ ਪ੍ਰਾਈਮ ਮਿਨਿਸਟਰ ਨੇ ਉਹਨਾਂ ਨੇ ਕਰਤਾਰਪੁਰ ਰਾਹਦਾਰੀ ਸਾਡੇ ਸਿੱਖ ਭਰਾਵਾਂ ਵਾਸਤੇ ਖੋਲੀ ਜੀ 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 ਉਹਨਾਂ ਵਿੱਚ ਸਿੱਖ ਭਰਾ ਸਾਡੇ ਆ ਰਹੇ ਨੇ ਯਾਤਰਾ ਕਰ ਰਹੇ ਨੇ ਅੱਛਾ ਅਸੀਂ ਤਾਂ ਉਹਨਾਂ ਨੂੰ ਇਹ ਤੋਹਫਾ ਦਿੱਤਾ ਕਿ ਕਰਤਾਰਪੁਰ ਰਾਹਦਾਰੀ ਖੋਲ ਕੇ ਜੀ ਜੀ ਉਹਨਾਂ ਨੇ ਸਾਨੂੰ ਇਹਨੇ ਮਤਬਾਦਲ ਤੋਹਫਾ ਦਿੱਤਾ ਕਿ ਕਸ਼ਮੀਰ ਤੇ ਕਬਜ਼ਾ ਕਰ ਰਹੇ ਨੇ ਜੀ ਠੀਕ ਹੈ ਸਾਡੇ ਮੁਸਲਮਾਨ ਭਰਾਵਾਂ ਨੂੰ ਸ਼ਹੀਦ ਕਰ ਰਹੇ ਨੇ ਸਾਡੇ ਜਿਹੜੀ ਮਤਲਬ ਸੀਜ਼ ਫਾਇਰ ਹੋ ਰਹੇ ਨੇ ਉੱਥੇ ਬਾਰਡਰ ਤੇ ਉਹ ਕਰ ਰਹੇ ਨੇ ਇਹ ਜਿਹੜੀ ਮੋਦੀ ਹਕੂਮਤ ਹੈ ਇਹ ਬਹੁਤ ਹੀ ਜ਼ਿਆਦਾ ਜ਼ਿਆਦਤੀਆਂ ਕਰ ਰਹੀਆਂ ਜਿਸ ਦੀ ਵਜ੍ਹਾ ਤੋਂ ਸਾਡੇ ਵੀ ਲੋਕਾਂ ਨੇ ਸੋਚਿਆ ਕਿ ਯਾਰ ਹੈ ਤਾਂ ਇੰਡੀਅਨ ਹੀ ਨੇ ਨਾ ਅਸੀਂ ਉਹਨਾਂ ਨੂੰ ਪਿਕਚਰਾਂ ਨਹੀਂ ਲਾਉਣੀ ਲੇਕਿਨ ਇਹ ਹੈ ਕਿ ਫਨਕਾਰ ਦੀ ਕੋਈ ਸਰਹੱਦ ਨਹੀਂ ਹੁੰਦੀ ਪੰਜਾਬ ਦੇ ਫਨਕਾਰ ਨੇ ਪੰਜਾਬ ਦੇ ਇੰਡੀਅਨ ਉਹਨਾਂ ਦੀ ਮਜਬੂਰੀ ਹੈ ਠੀਕ ਹੈ ਜੀ ਉਹਨਾਂ ਦੀ ਮਜਬੂਰੀ ਹੈ ਕਿ ਉਹ ਇੰਡੀਆ 'ਚ ਰਹਿੰਦੇ ਨੇ ਉਹਨਾਂ ਦੀ ਦਿਲ ਦੀ ਖਾਹਿਸ਼ ਪੁੱਛੋ ਤੇ ਉਹ ਕਹਿਣਗੇ ਅਸੀਂ ਪਾਕਿਸਤਾਨ ਹੋਰ ਗੱਲ ਦਾ ਵਿਸ਼ਾ ਤੁਹਾਡੇ ਲਈ ਹੋਵੇ ਸਿੱਖ ਜਿਹੜੇ ਨੇ ਉਹਨਾਂ ਦਾ ਆਪਣਾ ਇੱਕ ਤਹਿਰੀਕ ਹੈ ਖਾਲਿਸਤਾਨ ਜੀ ਜੀ ਔਰ ਜਿਸ ਤਰ੍ਹਾਂ ਇਹ ਸਿਲਸਿਲੇ ਚੱਲ ਰਹੇ ਉਹਨਾਂ ਦਾ ਵਾਅਦਾ ਹੈ ਅਗਲੇ ਸਾਲ ਦੇ ਵਿੱਚ ਉਹਨਾਂ ਦਾ ਵਾਅਦਾ ਹੈ ਕਿ ਖਾਲਿਸਤਾਨ ਬਣੇਗਾ ਸਿੱਖਾਂ ਦਾ ਅਲੱਗ ਮੁਲਕ ਹੋਏਗਾ ਔਰ ਉਸ ਤਹਿਰੀਕ ਨੇ ਵੀ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ ਹੈ ਜਿਸ ਤਰ੍ਹਾਂ ਦੂਸਰੀਆਂ ਤਹਿਰੀਕਾਂ ਜ਼ੋਰ ਫੜ ਗਈਆਂ ਨੇ ਇਹ ਵੀ ਜ਼ੋਰ ਫੜ ਗਏ ਅੱਛਾ ਤੁਸੀਂ ਸਾਡੇ ਕੋਲ ਚੰਗੀਆਂ ਗੱਲਾਂ ਸੁਣ ਰਹੇ ਹੋ ਹਾਲਾਂਕਿ ਅਸੀਂ ਇਸ ਕਾਬਲ ਨਹੀਂ ਹੈ ਲੇਕਿਨ ਤੁਸੀਂ ਇਹ ਚੈਨਲ ਨੂੰ ਸਬਸਕ੍ਰਾਈਬ ਕਰੋ ਇਹਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਅੱਛਾ ਤੁਸੀਂ ਆ ਜਨਾਬ ਤੇ ਕਿੰਨੇ ਦਿਨ ਵਾਸਤੇ ਪੂਰੇ 7 ਦਿਨ ਜੀ ਮੈਂ 7 ਦਿਨ ਵਾਸਤੇ ਇੱਥੇ ਫੈਸਲਾਬਾਦ ਵਿੱਚ ਡਰਾਮਾ ਕਰ ਰਿਹਾ ਜੀ ਅੱਲਾ ਤੁਹਾਡੀ ਖੈਰ ਕਰੇ ਮੈਂ ਤੁਹਾਡੇ ਸਾਰਿਆਂ ਦੀ ਵਜ੍ਹਾ ਤੋਂ ਆਇਆ ਤੇ ਜੇ ਤੁਸੀਂ ਆ ਜਾਓਗੇ ਤੇ ਸਾਡੀ ਗੱਲ ਬਰਾਬਰ ਹੋ ਜਾਏਗੀ ਦੋਵਾਂ ਦਾ ਪਿਆਰ ਦੀ ਰੌਣਕ ਲੱਗ ਜਾਏਗਾ ਸਾਡੇ ਵੀ 7 ਦਿਨ ਚੰਗੇ ਨਿਕਲ ਜਾਣਗੇ ਤੇ ਤੁਸੀਂ ਵੀ ਜਰਾ ਸਬਸਕ੍ਰਾਈਬ ਕਰ ਲਓ ਥੈਂਕ ਯੂ ਸਬਸਕ੍ਰਾਈਬ ਕਰਨਾ ਜੀ ਫੈਸਲਾਬਾਦ ਥੀਏਟਰ ਨੂੰ ਆਓ ਜੀ ਮੇਕਅਪ ਕਰ ਲਓ ਜਲਦੀ ਆ ਜਾ ਨਾਣੇ